ਇੱਥੇ ਸਾਨੂੰ 7:30 ਵਜੇ ਕੋਲ ਆਈ ਹੈ ਦਫ਼ਤਰ ਰਾਜਵਿੰਦਰ ਸਿੰਘ ਦੀ ਕਿ ਕਾਨੂੰਵਾਲ ਰੋਡ ਦੇ ਉੱਤੇ ਜਿਹੜੀ ਆਈਸ ਫੈਕਟਰੀ ਆ ਉੱਥੇ ਅਮੋਨੀਆ ਗੈਸ ਲੀਕ ਹੋ ਗਈ ਆ ਅਤੇ ਅਸੀਂ ਮੌਕੇ 'ਤੇ 2 ਗੱਡੀਆਂ ਲੈ ਕੇ ਆ ਗਏ ਹਾਂ ਅਤੇ 3ਜੀ ਗੱਡੀ ਵੀ ਵੈਸੇ ਬੁਲਾ ਲਈ ਸੀ ਪਿੱਛੇ ਅਤੇ ਜਦੋਂ ਅਸੀਂ ਆਈਸ ਫੈਕਟਰੀ ਆ ਕੇ ਦੇਖੀ ਆ ਅਤੇ ਉਹ ਠੀਕ ਸੀਗੀ ਉੱਥੇ ਕੋਈ ਲੀਕੇਜ ਦੀ ਪ੍ਰੋਬਲਮ ਨਹੀਂ ਸੀਗੀ ਅਤੇ ਇੱਥੇ ਆ ਕੇ ਪਤਾ ਕੀਤਾ ਤਾਂ ਸਾਹਮਣੇ ਇੱਕ ਕੋਲਡ ਸਟੋਰ ਆ ਜ਼ਿਮੀਂਦਾਰਾ ਕੋਲਡ ਸਟੋਰ ਅਤੇ ਉਹਨਾਂ ਦੇ ਅਮੋਨੀਆ ਗੈਸ ਲੀਕ ਹੋਈ ਸੀ ਅਤੇ ਉਹਨਾਂ ਨੇ ਕਹਿ ਲਓ ਵੀ ਉਹਨਾਂ ਦੇ ਫੋਰਮੈਨ ਇੱਥੇ ਸੀ ਅਤੇ ਉਹਨਾਂ ਨੇ ਆਪ ਹੀ ਉਹਨੂੰ ਬੰਦ ਕਰ ਲਿਆ ਅਤੇ ਕਹਿ ਲਓ ਵੀ ਇਹ ਬੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਉਹਨਾਂ ਦੀ ਮੁਸਤੈਦੀ ਨਾਲ ਇਹ ਟਲ ਗਈ ਆ ਉਹਨਾਂ ਨੇ ਲੀਕੇਜ ਨੂੰ ਬੰਦ ਕਰ ਲਿਆ। ਖਤਰਨਾਕ ਤਾਂ ਜੀ ਇਹ ਬਹੁਤ ਆ, ਇਹ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਡੈੱਡ ਕਰਦੀ ਆ, ਬੰਦਾ ਅਨਕੌਨਸ਼ੀਅਸ ਹੋ ਜਾਂਦਾ ਜੇ ਤੁਸੀਂ ਕਹਿ ਲਉਂਗੇ ਵੀ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ। ਹਾਂ, ਅਤੇ ਜਾਨ ਵੀ ਜਾ ਸਕਦੀ ਇਹਦੇ ਨਾਲ। ਨਹੀਂ, ਨੁਕਸਾਨ ਕੋਈ ਨਹੀਂ ਹੋਇਆ, ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ। ਇਹ ਆਲੂਆਂ ਦਾ ਕੋਲਡ ਸਟੋਰ ਨਹੀਂ, ਹੁੰਦੇ ਤਾਂ ਹੈ ਨਹੀਂ ਕਿ ਇੱਦਾਂ ਨਾ, ਇਹ ਪਹਿਲਾਂ ਦੇ ਬਣੇ ਆ, ਅਸੀਂ ਪੁੱਛਿਆ ਉਹਨਾਂ ਦੇ ਮੁਤਾਬਕ ਇਹ ਰਿਹਾਇਸ਼ੀ ਬਾਅਦ 'ਚ ਬਣੇ ਆ। ਹਾਂ ਹਾਂ ਬਿਲਕੁਲ ਹੁੰਦਾ, NOC ਹਲੇ ਮਾਲਕ ਨਹੀਂ ਮਿਲੇ ਸਾਨੂੰ, ਉਹਨਾਂ ਤੋਂ ਕਰਦੇ ਹਾਂ ਕਨਫਰਮ। ਦੇਖੋ, ਕੋਈ ਉਹਨਾਂ ਦਾ ਮਕੈਨੀਕਲ ਫਾਲਟ ਸੀਗਾ ਜਿਹੜਾ ਉਹਨਾਂ ਨੇ ਇਮੀਡੀਏਟਲੀ ਉੱਤੇ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਵੀ ਮੌਕੇ 'ਤੇ ਆ ਗਈ ਸੀ ਕਿ ਸਾਨੂੰ ਵੀ ਇਨਫੋਰਮੇਸ਼ਨ ਮਿਲਣ 'ਤੇ ਮੇਰੇ ਚੌਂਕੀ ਇੰਚਾਰਜ ਸਰਦਾਰ ਸੁਖਾਲ ਸਿੰਘ ਸਿੰਬਲ ਅਤੇ ਮੈਨੂੰ ਵੀ ਇਹਨਾਂ ਨੇ ਸੂਚਿਤ ਕੀਤਾ ਅਤੇ ਮੈਂ ਵੀ ਇਮੀਡੀਏਟਲੀ ਮੌਕੇ 'ਤੇ ਆਇਆ। ਬਾਕੀ ਠੀਕ ਠਾਕ ਆ, ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ, ਉਹਨਾਂ ਨੇ ਕਾਬੂ ਪਾ ਲਿਆ। ਇੱਥੇ ਸਾਨੂੰ 7:30 ਵਜੇ ਕੋਲ ਆਈ ਹੈ ਦਫ਼ਤਰ ਰਾਜਵਿੰਦਰ ਸਿੰਘ ਦੀ ਕਿ ਕਾਨੂੰਵਾਲ ਰੋਡ ਦੇ ਉੱਤੇ ਜਿਹੜੀ ਆਈਸ ਫੈਕਟਰੀ ਆ ਉੱਥੇ ਅਮੋਨੀਆ ਗੈਸ ਲੀਕ ਹੋ ਗਈ ਆ ਅਤੇ ਅਸੀਂ ਮੌਕੇ 'ਤੇ 2 ਗੱਡੀਆਂ ਲੈ ਕੇ ਆ ਗਏ ਹਾਂ ਅਤੇ 3ਜੀ ਗੱਡੀ ਵੀ ਵੈਸੇ ਬੁਲਾ ਲਈ ਸੀ ਪਿੱਛੇ ਅਤੇ ਜਦੋਂ ਅਸੀਂ ਆਈਸ ਫੈਕਟਰੀ ਆ ਕੇ ਦੇਖੀ ਆ ਅਤੇ ਉਹ ਠੀਕ ਸੀਗੀ ਉੱਥੇ ਕੋਈ ਲੀਕੇਜ ਦੀ ਪ੍ਰੋਬਲਮ ਨਹੀਂ ਸੀਗੀ ਅਤੇ ਇੱਥੇ ਆ ਕੇ ਪਤਾ ਕੀਤਾ ਤਾਂ ਸਾਹਮਣੇ ਇੱਕ ਕੋਲਡ ਸਟੋਰ ਆ ਜ਼ਿਮੀਂਦਾਰਾ ਕੋਲਡ ਸਟੋਰ ਅਤੇ ਉਹਨਾਂ ਦੇ ਅਮੋਨੀਆ ਗੈਸ ਲੀਕ ਹੋਈ ਸੀ ਅਤੇ ਉਹਨਾਂ ਨੇ ਕਹਿ ਲਓ ਵੀ ਉਹਨਾਂ ਦੇ ਫੋਰਮੈਨ ਇੱਥੇ ਸੀ ਅਤੇ ਉਹਨਾਂ ਨੇ ਆਪ ਹੀ ਉਹਨੂੰ ਬੰਦ ਕਰ ਲਿਆ ਅਤੇ ਕਹਿ ਲਓ ਵੀ ਇਹ ਬੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਉਹਨਾਂ ਦੀ ਮੁਸਤੈਦੀ ਨਾਲ ਇਹ ਟਲ ਗਈ ਆ, ਉਹਨਾਂ ਨੇ ਲੀਕੇਜ ਨੂੰ ਬੰਦ ਕਰ ਲਿਆ। ਖਤਰਨਾਕ ਤਾਂ ਜੀ ਇਹ ਬਹੁਤ ਆ, ਇਹ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਡੈੱਡ ਕਰਦੀ ਆ, ਬੰਦਾ ਅਨਕੌਨਸ਼ੀਅਸ ਹੋ ਜਾਂਦਾ ਜੇ ਤੁਸੀਂ ਕਹਿ ਲਉਂਗੇ ਵੀ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ। ਹਾਂ, ਅਤੇ ਜਾਨ ਵੀ ਜਾ ਸਕਦੀ ਇਹਦੇ ਨਾਲ। ਨਹੀਂ, ਨੁਕਸਾਨ ਕੋਈ ਨਹੀਂ ਹੋਇਆ, ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ। ਇਹ ਆਲੂਆਂ ਦਾ ਕੋਲਡ ਸਟੋਰ ਨਹੀਂ, ਹੁੰਦੇ ਤਾਂ ਹੈ ਨਹੀਂ ਕਿ ਇੱਦਾਂ ਨਾ, ਇਹ ਪਹਿਲਾਂ ਦੇ ਬਣੇ ਆ, ਅਸੀਂ ਪੁੱਛਿਆ ਉਹਨਾਂ ਦੇ ਮੁਤਾਬਕ ਇਹ ਰਿਹਾਇਸ਼ੀ ਬਾਅਦ 'ਚ ਬਣੇ ਆ। ਹਾਂ ਹਾਂ ਬਿਲਕੁਲ ਹੁੰਦਾ, NOC ਹਲੇ ਮਾਲਕ ਨਹੀਂ ਮਿਲੇ ਸਾਨੂੰ, ਉਹਨਾਂ ਤੋਂ ਕਰਦੇ ਹਾਂ ਕਨਫਰਮ। ਦੇਖੋ, ਕੋਈ ਉਹਨਾਂ ਦਾ ਮਕੈਨੀਕਲ ਫਾਲਟ ਸੀਗਾ ਜਿਹੜਾ ਉਹਨਾਂ ਨੇ ਇਮੀਡੀਏਟਲੀ ਉੱਤੇ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਵੀ ਮੌਕੇ 'ਤੇ ਆ ਗਈ ਸੀ ਕਿ ਸਾਨੂੰ ਵੀ ਇਨਫੋਰਮੇਸ਼ਨ ਮਿਲਣ 'ਤੇ ਮੇਰੇ ਚੌਂਕੀ ਇੰਚਾਰਜ ਸਰਦਾਰ ਸੁਖਾਲ ਸਿੰਘ ਸਿੰਬਲ ਅਤੇ ਮੈਨੂੰ ਵੀ ਇਹਨਾਂ ਨੇ ਸੂਚਿਤ ਕੀਤਾ ਅਤੇ ਮੈਂ ਵੀ ਇਮੀਡੀਏਟਲੀ ਮੌਕੇ 'ਤੇ ਆਇਆ। ਬਾਕੀ ਠੀਕ ਠਾਕ ਆ, ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ, ਉਹਨਾਂ ਨੇ ਕਾਬੂ ਪਾ ਲਿਆ।